ਕਹਿੰਦਾ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ, ਕੋਈ ਡੰਗਰਾਂ ਵਾਲੀ ਲੈਂਟਰ ਪਾਈ ਫਿਰਦਾ, ਕੋਈ ਸਾਈਕਲ ਵੀ ਲਵੇ ਤਾਂ ਵਿਆਜ ਉੱਤੇ, ਕੋਈ ਕਾਰਾਂ 'ਚ ਕੁੱਤੇ ਭਾਈ ਫਿਰਦਾ, ਕੋਈ ਮੱਛਰਾਂ ਨੂੰ ਮਾਰਦਾ ਸੌਂ ਜਾਂਦਾ, ਕੋਈ ਚੂਚਿਆਂ 'ਤੇ ਜਨਰੇਟਰ ਲਾਈ ਫਿਰਦਾ, ਕੋਈ ਢੇਰਾਂ ਤੋਂ ਰੋਟੀਆਂ ਲੱਭਦਾ ਫਿਰੇ, ਕੋਈ ਬੱਚਿਆਂ ਨੂੰ ਬਰਗਰ ਪੀਜ਼ੇ ਖਵਾਈ ਫਿਰਦਾ, ਕਿਸੇ ਨੂੰ ਪਤਾ ਹੀ ਨਹੀਂ ਦੌਲਤਾਂ ਕਿੰਨੀਆਂ ਨੇ, ਕੋਈ ਦਿਹਾੜੀਆਂ ਕਰਕੇ ਡੰਗ ਟਪਾਈ ਫਿਰਦਾ, ਕੋਈ ਰੰਗ ਬਰੰਗੀਆਂ ਪੁਸ਼ਾਕਾਂ ਪਾਉਂਦਾ ਹੈਂ, ਤੇ ਕੋਈ ਨੰਗਾ ਹੀ ਜ਼ਿੰਦਗੀ ਚਲਾਈ ਫਿਰਦਾ। ਇਹ ਰੱਬ ਸੋਹਣੇ ਦੀ ਵੰਡ ਆ ਬਾਈ ਜੀ, ਸਾਡੇ ਰੱਬ ਨੇ ਹਰ ਬੰਦੇ ਨੂੰ ਜਿੰਨਾ ਦੇਣਾ ਬਾਈ ਜੀ ਉਹਦੇ ਨਸੀਬਾਂ 'ਚ ਲਿਖ ਦਿੱਤਾ। ਵਕਤ ਤੋਂ ਪਹਿਲਾਂ ਤੇ ਨਸੀਬ ਤੋਂ ਜ਼ਿਆਦਾ ਤੁਹਾਨੂੰ ਲੱਭ ਨਹੀਂ ਸਕਦਾ। ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਪਿਆਰ ਮੁਹੱਬਤ ਵੰਡੋ, ਹੋਰ ਕੁਛ ਨਹੀਂ ਹੈਗਾ, ਦੁਨੀਆਦਾਰੀ ਆ ਸਾਰੀ। ਚਾਚਾ ਅੱਜ ਕਿਵੇਂ ਰਿਹਾ ਬਾਜ਼ਾਰ? ਸ਼ੁਕਰ ਅੱਲਾ ਦਾ ਠੀਕ। ਤੇਰਾ ਕੀ ਹਾਲ ਚਾਲ? ਠੀਕ ਹੈ। ਕਿੰਨੀ ਉਮਰ ਹੋ ਗਈ ਚਾਚਾ ਮੰਡੀ ਦਾ ਕੰਮ ਕਰਦੇ ਨੇ? ਹੋ ਗਿਆ ਕੋਈ 40 ਸਾਲ। 40 ਸਾਲ ਆਪਾਂ ਕਿਸੇ ਦੀ ਅੱਜ ਤੱਕ ਕੋਈ ਸ਼ਾਇ ਚੱਕਰੀ ਠੋਕਾ ਕੀਤਾ? ਚਾਚਾ ਜੈਨੂਇਨ ਗੱਲ ਹਕੀਕਤ ਦੱਸਾਂ, ਪੂਰੀ ਮੰਡੀ ਨਾਲੋਂ ਸਭ ਤੋਂ ਜ਼ਿਆਦਾ ਹੁਸਨ ਤੇਰੇ ਚਿਹਰੇ ਤੇ ਹੈ। ਔਰ ਮੈਂ ਅਲਹਮਦੁਲਿਲਾ, ਇਹ ਮੇਰੇ ਦਿਲ ਦੀ ਗੱਲ ਮੈਂ ਤੁਹਾਨੂੰ ਦੱਸੀ। ਮੈਂ ਲਿਆਦਾ ਲਿਆਦਾ ਸੌਦਾ ਵੇਚਣਾ, ਮੈਂ ਇਹ ਗੱਲ ਜਿਹੜੀ ਸੁਣਾਈ ਤੈਨੂੰ ਕਾਦਲੀ ਆਖਦਾ, ਇਹ ਹੋਰ ਵੀ ਬੰਦੇ ਬੈਠੇ ਸਾਰੀ ਮੰਡੀ, ਮੈਨੂੰ ਦਿਲੋਂ ਲੰਘਦੇ ਨੂੰ ਤੂੰ ਸੋਹਣਾ ਲੱਗਦਾ ਹੈ। ਦਾਗੀ ਲਾਦਾ ਵੇਚੀਦਾ। ਤੇਰਾ ਕੰਮ ਦੇਖ ਕੇ ਵੀ ਮੈਂ ਬੜਾ ਹੀ ਮੁਤਾਸਰ ਹੁੰਦਾ ਵਾਂ ਕਿ ਯਾਰ ਬਹੁਤ ਉਮਰ ਹੋ ਗਈ ਚਾਚੇ ਨੂੰ ਇੱਥੇ ਬੈਠੇ ਨੂੰ, ਤੇ ਹਰ ਬੰਦਾ ਕਿ ਖੁਸ਼ ਮਿਜ਼ਾਜੀ ਨਾਲ ਤੇਰੇ ਕੋਲ ਸੌਦਾ ਲੈ ਕੇ ਜਾਂਦਾ, ਇਹ ਬੜੀ ਹਕੀਕਤ ਹੈ। ਸਾਡੇ ਵਸਾਇਆ ਕੋਲ ਪੁੱਛ ਲੈ ਵੀ ਸਾਡੀ ਨਹੀਂ, ਮੈਂ ਤੈਨੂੰ ਆਪਦੀ ਦਿਲ ਦੀ ਗੱਲ ਦੱਸਦੀ, ਮੈਨੂੰ ਕਿਸੇ ਕੋਲ ਪੁੱਛਣ ਦੀ ਕੀ ਲੋੜ ਆ? ਸਹੀ ਗੱਲ ਆ। ਹੋਰ ਚਾਚਾ, ਉਹ ਸਾਡੇ ਲਾਇਕ ਹੋਵੇ ਤਾਂ ਦੱਸ ਹੈਂ। ਮਿਹਰਬਾਨੀ, ਅੱਲਾ ਪਾਕ ਖੁਸ਼ ਰੱਖੇ ਤੁਹਾਨੂੰ, ਤੁਹਾਨੂੰ ਵੀ। ਤੁਹਾਡੀ ਕਿਦਾਂ ਤਬੀਅਤ ਸਿਹਤ? ਬਸ ਸ਼ੁਕਰ, ਪਰਸੋਂ ਵੱਧ ਗਿਆ ਭੈਣ, ਰਾਤ ਦੇ 1:30 ਵਜੇ ਹਸਪਤਾਲ ਗਿਆ ਇਕੱਲਾ ਉੱਠ ਕੇ ਘਰੋਂ, ਫਿਰ ਉਹਨੇ ਚੱਕ ਕੀਤਾ, ਚੱਕ ਕਰਕੇ ਫਿਰ ਉਹਨੇ ਕਿਹਾ ਵੀ ਆ ਭਾਈ ਗੋਲੀ ਰੱਖ ਲਾ, ਤੇ ਟੀਕਾ ਲਵਾ। ਮੈਂ ਕਿਹਾ ਗੋਲੀ ਦੇ ਦੇ, ਜੀ ਬੇਟਾ ਰੱਖ ਲੈਣਾ, ਟੀਕਾ ਨਹੀਂ ਮੈਂ ਮੈਂ ਲਵਾਉਣਾ। ਅੱਛਾ, ਟੀਕਾ ਕੋ ਟੀਕੇ ਤੋਂ ਡਰ ਲੱਗਦਾ? ਲਵਾਇਆ ਨਹੀਂ ਨਾ ਕਦੇ ਉਹ। ਚਲੋ ਠੀਕ ਆ, ਹੁਣ ਠੀਕ ਆ? ਹਾਂ ਠੀਕ ਆ। ਚਲੋ ਮਾਸ਼ਾਅੱਲਾ, ਰੱਬ ਦੀ ਰਹਿਮਤ ਆ। ਮੁਸ਼ਕਲ ਗੋਲੀ ਲਵਾ ਲੋ, ਕੋਈ ਜਨਾਬ ਕਿਤੇ ਹੋ, ਮੁਸ਼ਕਲ ਗੋਲੀ। ਇਹਨੂੰ ਤਾਂ ਮੈਂ ਕਿਹਾ ਸੀ ਆਪਰੇਸ਼ਨ ਕਰਾ ਲਾ। ਕਰਾਵਾਂਗੇ ਕਹਿ ਦਿੰਦਾ, ਦੇਖ ਲਾ ਆ ਵੀ ਡਰਦਾ, ਆਪਰੇਸ਼ਨ ਹੀ ਨਹੀਂ ਕਰਾਉਂਦਾ, ਪਤਾ ਨਹੀਂ ਕੀ ਰੌਲਾ ਇਹਨੂੰ। 2 ਮਹੀਨੇ ਹੋ ਗਏ ਇਹਨੂੰ, ਮੈਂ ਕਹੀ ਜਾਂਦਾ ਆਪਰੇਸ਼ਨ ਕਰਾ ਲਾ, ਡਰਦਾ ਤੇ ਹੁਣ ਮੈਂ ਇਹਦਾ ਡਰ ਤਾਂ ਨਹੀਂ ਫੇਰ ਕੱਢ ਸਕਦਾ, ਕਿਉਂ ਚਾਚਾ ਛੱਡਿਆ, ਮੈਂ ਤਾਂ ਆਪਰੇਸ਼ਨ ਕਰਾ ਸਕਦਾ। ਹੋਰ ਚਾਚਾ ਕਿਵੇਂ ਆ? ਅੱਜ ਕਿਵੇਂ ਪਾਈਆਂ ਸੀ ਭਿੰਡੀਆਂ? ਨਾਲ ਬੈਂਗਣ ਵੈਸੇ ਹੀ ਦੇ ਦਿਆ ਕਰ, ਬੈਂਗਣ ਕਿਵੇਂ? ਬੈਂਗਣ ਵੀ ਗਿਆ 600 ਦਾ, 100 ਰੁਪਏ ਕਿਲੋ। ਇਹ ਤੇ ਬਾਈ ਜੀ ਅੱਗ ਲਾਈ ਪਈ ਹੈ। ਨਵਾਂ ਆਲੂ? ਨਵੇਂ ਆਲੂ ਬਾਈ 750। ਸਾਡੇ 750, 750 ਰੁਪਏ ਧੜੀ। ਅੱਜ ਤੇ ਰੇਟ ਅੱਗ ਨਹੀਂ ਲੱਗੀ ਪਈ ਸੀ, ਤਾਂ ਹੀ ਵੇਲ ਮੇਰੇ ਖਿਆਲ ਟਾਈਮ ਨਾ ਹੋ ਗਈ ਆ। ਪੁਰਾਣੇ 400 ਰੁਪਏ ਧੜੀ ਹੈ। ਅੱਛਾ, ਨਹੀਂ ਅੱਜ ਸੌਦੇ ਤਾਂ ਮੈਨੂੰ ਲੱਗਦਾ ਵਾਹਵਾ ਹੱਸ ਮੁੱਖ ਵੀ ਕੇ ਆ, ਘੱਟ ਗਿਆ ਨਾ ਪਾਣੀ ਦੀ ਵਜ੍ਹਾ ਨਾਲ, ਇੱਧਰਲਾ ਇਲਾਕਾ ਨਾ ਖਤਮ ਹੋ ਗਿਆ। ਹਾਂ, ਠਾੜਾ ਇਲਾਕਾ ਨਾ ਖਤਮ ਹੋ ਗਿਆ ਤੇ ਸਬਜ਼ੀ ਘਟ ਗਈ, ਸ਼ਾਰਟ ਹੋ ਗਈ। ਹਾਂ, ਸ਼ਾਰਟ ਹੋ ਗਈ, ਸ਼ਾਰਟ ਹੋ ਗਈ, ਨਾਲੇ ਮਹਿੰਗੀ ਹੋ ਗਈ, ਤਾਂ ਹੀ ਨਾਲੇ ਟਾਈਮ ਨਾਲ ਵਿਕ ਜਾਂਦੀ ਆ। ਕਰੇਲੇ ਕਰੂਲੇ ਪਾਕ ਪਤਨੋਂ ਆਉਂਦੇ ਆ? ਪਾਕ ਪਤਨ ਚੋਂ ਆਏ ਹੋਏ ਆ ਕਰੇਲੇ ਬਾਈ ਜੀ। ਦੇਖੋ ਕਿਸੇ ਨੇ ਇਹਨਾਂ ਨੂੰ ਪਾਣੀ ਨਹੀਂ ਪੁੱਛਿਆ, ਬਾਟ ਸਾਹਿਬ ਕਰੇਲੇ ਪਾਕ ਪਤਨ ਚੋਂ ਆਏ, ਪਤਾ ਨਹੀਂ ਪਾਣੀ ਪੂਣੀ ਵੀ ਇਸ ਨੇ ਪੁੱਛਿਆ ਕਿ ਨਹੀਂ ਇੱਥੇ ਚਿਸ਼ਤੀਆਂ ਮੰਡੀ ਉਹਨਾਂ ਨੂੰ। ਮੰਡੀ ਤੇ ਫਿਰ ਇੱਕ ਅਦਾਰਾ ਆ ਨਾ, ਕਾਰੋਬਾਰੀ। ਬਿਸਮਿਲ੍ਲਾ ਜੀ, ਗੱਲ ਸੁਣਾਵੋਗੇ? ਟਾਈਮ ਲੱਗੇਗਾ। ਪਾਸ ਹੋਵੋਗੇ ਜਾਂ ਫੇਲ ਹੋਵੋਗੇ ਆਡੀਅੰਸ ਦੱਸੇਗੀ, ਤੁਸੀਂ ਗੱਲ ਸੁਣਾਓ ਬਸ। ਆਵਾਮ ਦੀ ਖਾਤਰ, ਅੱਜ ਨਹੀਂ ਫਿਰ ਸਵੇਰੇ ਤੜਕੇ ਨਹੀਂ। ਚਲੋ ਮੈਂ ਇੱਕ ਵਾਰੀ ਫਿਰ ਵੀਡੀਓ ਅੱਜ ਵਾਲੀ ਤਾਂ ਪੂਰੀ ਕਰ ਰਿਹਾ ਵਾਂ। ਹਾਂ ਹਾਂ, ਆ ਕੇ ਜ਼ਰੂਰ ਸੁਣੂਗਾ ਬਾਈ ਜੀ, ਤੁਸੀਂ ਵੀ ਸੁਣ ਲਿਆ ਇੱਥੇ ਤੱਕ ਤਾਂ, ਜੋ ਆਪਾਂ ਕੱਲ ਨੂੰ ਚਾਚੇ ਦੀ ਗੱਲ ਲਾਜ਼ਮੀ ਸੁਣਨੀ ਆ, ਵਾਪਸੀ ਮੈਂ ਉਦਾਂ ਸੁਣ ਜਾਂਦਾ, ਸਵੇਰੇ ਆਪਾਂ ਕੈਪਚਰ ਕਰ ਲਾਂਗੇ। ਹੈਂ, ਲੋਕੀ ਕਹਿਣਗੇ ਦੁਬਾਰਾ ਸੁਣਾ ਸਾਨੂੰ। ਓਏ ਹੋਏ ਹੋਏ ਬਾਈ ਜੀ, ਆ ਕੇ ਤਸੱਲੀ ਨਾਲ ਫਿਰ ਮੁੱਢੋ ਰੱਖ ਕੇ ਸੁਣਦੇ ਆ। ਮਾਸ਼ਾਅੱਲਾ ਬ੍ਰੋ, ਵਾਵਾ ਲੇਟ ਹੋ ਗਏ। ਬੜੀ ਮਿਹਰਬਾਨੀ ਬ੍ਰੋ। ਯੈਸ ਬ੍ਰੋ, ਤੂੰ ਪੈਸੇ ਦਵਾ ਦਾ ਫੜ ਕੇ ਪਰਾਂ ਨੂੰ ਕਰ ਲੈ ਵੀ ਮੈਂ ਪੈਸੇ ਖੋਣ ਆਇਆ ਤੁਹਾਡੇ ਯਾਰ, ਮੈਂ ਪੈਸੇ ਖੋ ਕੇ ਭੱਜ ਚੱਲਾਂ ਯਾਰ? ਤੂੰ ਬੰਦਾ ਯਾਰ ਕੀ ਯਾਰ, ਤੂੰ ਅੱਲਾ ਦਾ ਬੰਦਾ, ਉਹ ਕੋ ਦਵਾ ਦਾ ਪੈਸੇ ਹੀ ਖਿੱਚ ਲੈ ਯਾਰ। ਹਾਲਾਤ ਦੇ ਹਿਸਾਬ, ਜਿੰਨੇ ਵੀ ਹਾਲਾਤ ਖਰਾਬ ਹੋਣ ਯਾਰ, ਹੁਣ ਮੈਂ ਤੁਹਾਡੇ ਤੋਂ ਪੈਸੇ ਖੋ ਕੇ ਭੱਜਣਾ ਯਾਰ? ਹਾਲਾਤ ਇਵੇਂ ਦੇ ਹੋਏ ਪਏ, ਲੋਕੀ ਪੈਸੇ ਖੋ ਕੇ ਭੱਜ ਜਾਂਦੇ ਆ, ਅੱਲਾ ਦੀ ਕਸਮ ਹੈ।
हालात हो जाने ये होए पे आ ये होए पे आ हां देख ला इन्हें भी तो तेरे को खो ही ले ते हुण आ भज्जा ही जांदा भाई हुण सारे पैसे पुए सीधे घर दे बैठे एवें आपां जांदे चंगे ही नहीं लगदे सुनाओ चाचा जी की हाल चाल ठीक ठाक ओके चंगा भाई रब रखा।